ਜੀ ਗੱਲ ਸਸਰੀ ਘਰ ਉਹ ਠੀਕ ਆ ਇਹ ਤਾਂ ਖੱਤੇ ਪੈ ਜਣਾ ਨੁਕੀਆ ਕੋਲੇ ਗਿਆ ਤਾਂ ਗਿਆ ਉਹ ਠੀਕ ਆ ਗਿਆ ਹਾਂਜੀ ਹਾਂਜੀ ਇਹ ਚਾਚੂ ਅੱਜ ਆਪਣਾ ਆਪਣਾ ਲਾਜ ਲਿਆ ਵਾ ਨਵਾਂ ਗੀਸਰ ਹੈ ਇਹ ਕਹਿੰਦਾ ਆਗੇ ਪੁਰਾਣਾ ਜਿਆਦਾ ਹੋ ਗਿਆ ਵਾ ਉਹ ਜਿਆਦਾ ਪੁਰਾਣਾ ਲਾ ਕੇ ਆ ਬਾਹਰ ਮਾਰਿਆ ਨੇ ਉਹ ਛੋਟਾ ਸੀ ਉਹ ਤਾਂ ਸੋਈ ਦੀ ਲਾਉਣ ਵਾਲਾ ਠੀਕ ਹੈ ਜੀ ਘੜ ਬਣਾਇਆ ਤਾਂ ਇਹੋ ਤਾਂ ਰਹਿ ਗਿਆ ਇਹਨੂੰ ਯਾਰਾ ਨਹੀਂ ਚਾਚੇ ਨੂੰ ਵੇਖ ਇੱਕ ਚਾਚਾ ਮੈਨੂੰ ਹਜੇ ਕੰਪਲੇਂਟ ਮਿਲੀ ਆ ਕਈ ਦੋਗਲੇ ਪਿੰਡ ਦੇ ਕਰਨ ਦੇ ਆ ਕਹਿੰਦੇ ਜੀ ਤੂੰ ਆਪਣੇ ਚਾਚੇ ਨਾਲ ਇਹ ਗਲਤ ਬੋਲਿਆ ਵਾ ਉਹਦੋਂ ਵੀਡੀਓ ਬਣਾਈਆਂ ਤੇ ਗਲਤ ਬੋਲੇ ਚਾਚੇ ਨੂੰ ਆਹ ਬਣਾਈ ਤੇ ਹੈ ਠੀਕ ਹੈ ਤੈਨੂੰ ਕਿਆ ਲੋਕਾਂ ਨੇ ਮੈਨੂੰ ਕਈਆਂ ਗਿਆ ਤੇ ਵੇ ਯਾਰ ਲੋਕਾਂ ਨੂੰ ਕੀ ਮਤਲਬ ਦੱਸਾਂ ਤੂੰ ਮੇਰਾ ਚਾਚਾ ਤੇ ਮੈਂ ਤੇਰਾ ਭਤੀਜਾ ਨਹੀਂ ਹੋ ਜਾਂਦਾ ਕਿ ਹਰੇ ਇਹ ਪਰ ਲੋਕਾਂ ਨੂੰ ਚਾਹੀਦਾ ਨਹੀਂ ਮੇਰੀ ਸੋਣੋ ਗੱਲ ਬਾਕੀ ਆ ਵੀ ਵੀਡੀਓ ਦੇਖਣੀ ਕਈਆਂ ਨੇ ਇਹ ਸਾਡੇ ਚ ਨਾ ਚਲੋ ਕੋਈ ਭੈਣ ਆ ਜਾ ਭਰਾ ਆ ਜਾਣਾ ਕੋਈ ਕਹਿੰਦਾ ਹੋਊਗਾ ਇਹ ਸਾਡੇ ਚੱਲਦਾ ਵਾ ਇਹ ਧੂਲ ਕੇ ਜਿੱਦ ਤਾ ਹੁਣ ਸਾਡੇ ਮਾ ਲੋ ਇੰਨਾ ਤੁਹਾਡਾ ਪਿੰਡ ਆ ਇਹ ਚ ਇਹਨਾਂ ਮਜ਼ਾਕ ਤੇ ਕਹਿਣਾ ਕਰੀਦਾ ਨਹੀਂ ਬਾਤ ਉਹ ਤੇ ਕਹੇ ਆ ਤੇ ਇੱਕ ਦੋ ਹੋ ਰਿਹਾ ਅੱਜ ਦਾ ਦਵਿੰਦਰ ਹੋ ਗਿਆ ਤੇ ਜਾਂ ਚਾਚਾ ਸਾਡਾ ਇਹਨਾਂ ਨਾਲ ਕਰਦੇ ਰਿਹਦਾ ਵਾ ਤੇ ਇਸ ਲਈ ਬਾਤ ਹੀ ਨਾ ਜਿੱਦਾਂ ਜਿਹੜੇ ਆਪਣੇ ਬੰਦੇ ਜਿੰਨਾਂ ਨੇ ਵੀਡੀਓ ਵੇਖੀ ਆ ਉਹਨਾਂ ਨੂੰ ਟੈਨਸ਼ਨ ਨਹੀਂ ਹੰਢੀ ਲੋੜ ਨਹੀਂ ਹੜੀ ਕਿਉਂਕਿ ਬਈ ਸਾਡਿਆ ਚੱਲਦਾ ਵਾ ਠੀਕ ਆ ਟੈਨਸ਼ਨ ਨਾ ਲੋਟਾ ਜੀ ਅਹੀਂ ਦੇਖੋ ਤਾਂ ਕਿ ਆ ਕਿ ਜੇ ਕੋਈ ਸੋਚ ਖਰਾਬ ਹੋ ਗਿਆ ਨਾ 10 ਰੁਪਈਆ ਦਾ ਵੀ ਉਹ 10 ਰੁਪਈਆ ਸੋਚ ਵੀ ਨਾ ਲਾਜ ਨਾ ਲੈਣਾ ਇਹਨਾਂ ਵਾ ਹੋਰ ਆਪਨੋ ਕੋਈ ਮਤਲਬ ਨਹੀਂ ਕਿ ਬਾਕੀ ਦੂਜੇ ਨੂੰ ਆਖੀਏ ਇਹ ਕੰਮ ਜਾਂ ਇਹਨੂੰ ਆਖੀਏ ਉਹ ਪਹਿਲਾਂ ਕੌਫੀ ਪੀਲਾ ਬਾਅਦ ਚੋ ਕਰਨੀ ਕੀ ਕਰਨੇ ਵਾ ਪਾਣੀ ਵੇਖਣ ਦਾ ਅੱਛਾ ਅੱਛਾ ਨਾਲ ਉਹ ਵੀ ਵੇਖਣਾ ਕਿ ਨਹੀਂ ਆਈ ਭਰ ਘਰ ਭਾਵੇਂ ਨਏ ਹੈਗੇ ਜਾਂ ਨਹੀਂ ਹੈਗੇ ਆ ਕਿਉਂ ਦਾਦਣਾ ਚਾਚੇ ਨੂੰ ਕਹਿੰਦੀ ਦਾਜੂ ਉਹ ਪੁਰਾਣਾ ਕੰਮ ਹੀ ਹੋ ਕੇ ਸੋਚੀ ਹੋ ਉਹ ਚੱਲਦਾ ਨਹੀਂ ਹੋ ਵੇ ਜੀ ਇਹਦਾ ਜਦੋਂ ਟਾਈਮ ਲੱਗਿਆ ਨੇ ਹੋਣਾ ਵਾ ਤੇ ਪਪਾ ਕੇ ਇਹਦੇ ਗਾਂ ਜਾਣਾ ਵਾ ਤੇ ਇਥੋਂ ਤੱਕ ਇਹ ਵੀ ਦਾ ਹਿਸਾਬ ਇਹਦੇ ਨਾਲ ਇਦਾਂ ਦਾ ਵਾ ਕਿ 10-20 ਰੁਪਏ ਵੀ ਕਦੀ ਇਹਨੇ ਇਹੋ ਜੀ ਚੀਜ਼ ਕਦੀ ਲਈ ਨਹੀਂ ਗਈ ਥੋੜੇ ਬਾਦਰ ਪੈਖਦੀ ਮੰਗੇ ਨਹੀਂ ਇਹਨੇ ਤੇ ਇਸ ਲਈ ਵੀਰ ਮੇਰੇ ਬੜੀ ਟੈਂਸ਼ਨ ਨਾ ਲਿਆ ਕਰੋ ਇਹ ਚੱਲਦਾ ਵਾ ਸਾਡਾ ਇਨਾਂ ਦਾ ਕਿਉਂਕਿ ਤਾਂ ਇਹ ਤਾਂ ਕਿਹਾ ਤੁਹਾਡਾ ਨਾ ਜਿੰਨਾਂ ਨੇ ਮੇਰੇ ਵੀਰ ਭਰਾਵਾਂ ਨੇ ਕਿਹਾ ਨਾ ਕਿ ਭਈ ਉਹ ਦਸ ਬਾਸ਼ਾ ਦੇ ਗਰਮ ਮਿਆਦੀ ਨਾ ਤਾਂ ਇਹਨੂੰ ਕਹਿੰਦਾ ਵਾ ਉਹ ਸਾਡਾ ਚੱਲਦਾ ਵਾ ਇਹ ਹੋਰ ਬਾਹਰ ਤੇ ਆਪਾਂ ਕਹਿੰਦਾ ਨਹੀਂ ਨਾ ਮਜ਼ਾਕ ਹਾਰੇ ਕੰਨਾਂ ਦੀ ਮਤ ਬਣਨਾ ਰਹਿਦਾ ਵਾ ਇਹ ਆਪਣਾ ਚਾਚੂ ਹੀ ਤੇ ਉਧਰ ਆਪਣਾ ਨਾਲ ਮਾਸੀ ਪੋਤੇ ਦੇ ਜਿਹਨੂੰ ਸਾੜਾ ਵੀ ਕਹਿੰਦੇ ਉਹ ਹੀ ਨਾਲ ਦਿਵਿੰਦਰ ਤੋਂ ਅੱਜ ਦੇ ਆਏ ਨਹੀਂ ਉਹ ਤਦ ਪਰ ਇਹ ਚਾਚਾ ਹੜੀ ਜਾਣੇ ਕਿਉ ਚਾਚਾ ਠੀਕ ਹੈ ਆ ਦੀ ਮਹਾਰਾਜ ਤੂੰ ਜਾ ਜੇ ਨਾਲੀ ਹਾਂ 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 ਅੱਜ ਗਿੱਦਰ ਲਵਾਈਏ ਪ੍ਰਾਣਾ ਤੇ ਸੜਦਾ ਇਹਨੇ ਆਣ ਕੇ ਹੋਵੇ ਹੁਣ ਨਵਾਂ ਲਾਊਗਾ ਹੁਣ ਇਹਦੇ ਵੀ ਪੈਸੇ ਪਤਾ ਨਹੀਂ ਕਦੋਂ ਦੇਣੇ ਇਹਨੂੰ ਪੂਰੀ ਖਤੀ ਦੇਣੇ ਚੰਗਾ ਦੱਤਾ ਫਿਰ ਟੋਕਲੀ ਟੈਨਸ਼ਨ ਨਹੀਂ ਜਾਣੀ ਚਾਹਦਾ ਦਾ ਤੂੰ ਠੀਕ ਹੈ ਠੀਕ ਓਕੇ ਚਾਚਾ ਕਹਿੰਦਾ ਜੀ ਲੋਕ ਇਦਾਂ ਕਹਿੰਦੇ ਉਹਦਾਂ ਕਹਿੰਦੇ ਮਾਦਲ ਕੋਈ ਉਹਨਾਂ ਟੈਨਸ਼ਨ ਲਿਆ ਕਰ ਲੋਕਾਂ ਦੀ ਜਿੱਦਾਂ ਆ ਕੇ ਮੈਂ ਵੀਡੀਓ ਜਖੜਿਆ ਨਾ ਗੱਲਾਂ ਕਰਨਿਆ ਗੋੜੀ ਚਾਚ ਨਾਲ ਤੇ ਕਈਆਂ ਦੇ ਵਿੱਚ ਟੈਨਸ਼ਨ ਲਈ ਕਾਫੀ ਕਿ ਬਈ ਤੈਨੂੰ ਇਦਾਂ ਕਿਹਾ ਵਾ ਪਹਿਲੀ ਵੀਡੀਓ ਬਣਾਈ ਅੜੀ ਅਜ ਤੋਂ ਮਹੀਨਾ ਪਹਿਲਾਂ ਕਿ ਦਾ ਬਾਈ ਸ਼ਿਕਾਰ ਕਰੋ ਇਹ ਸਾਡੀਆਂ ਗੱਲਾਂ ਚੱਲਦੀ ਰਹਿੰਦੀਆਂ ਹਾਂ ਚਲੋ ਇਹ ਤੁਹਾਡੇ ਵੀਡੀਓ ਕਿਸ ਨੇ ਵੇਖ ਲਈ ਆ ਜਿੰਨਾ ਜਿੰਨਾ ਵਖੀ ਆ ਇਸ ਲਈ ਨਾ ਜਿੱਦਾਂ ਚਲੋ ਆਪਾਂ ਤੇ ਵਿਹਲੇ ਰਹੀਦਾ ਵਾ ਮੈਂ ਇਹ ਚਲੋ ਕੰਮ ਨਹੀਂ ਵੀ ਕਰਦਾ ਤੇ ਤਾਂ ਵੀ ਵੇਖੋ ਮੈਨੂੰ ਨਹੀਂ ਪਤਾ ਮੇਰੇ ਗਵਾਂਢ ਚ ਕੀ ਹੁੰਦਾ ਵਾ ਆਪਾਂ ਦੀ ਟੈਨਸ਼ਨ ਲਈਦੀ ਪਰ ਲੋਕਾਂ ਦਾ ਮੇਰੇ ਹਿਸਾਬ ਨਾਲ ਲੋਕ ਕੰਮ ਕਰਦੇ ਵੀ ਦੂਜਿਆਂ ਦੀ ਟੈਨਸ਼ਨ ਹੀ ਲੈ ਲੈਂਦੇ ਆ ਉਹ ਫਲਾਣਾ ਕੀ ਕਰਨ ਰਿਹਾ ਵਾ ਜਾਂ ਫਲਾਣੇ ਨੇ ਫਲਾਣੇ ਨੂੰ ਕੀ ਕਹਿਤਾ ਤੇ ਇਸ ਲਈ ਵੀਡੀਓ ਬਣਾਉਂਦਾ ਮੇਰਾ ਮੈਂ ਤਾਂ ਹੁਣ ਛੱਡੀਆਂ ਵੀਡੀਓ ਬਣਾਈਆਂ ਨਹੀਂ ਕਰੀ ਹੋਣਾ ਕਾਫੀ ਟਾਈਮ ਹੋ ਗਿਆ ਇਹੋ ਮਨ ਤੋਂ ਹੀ ਮੇਰਾ ਕਿ ਮੈਂ ਦੱਸਾਂ ਫਿਰ ਸਾਰਿਆਂ ਨੂੰ ਕਿ ਜਿਹੜੇ ਵੀਰ ਮੇਰਾ ਵੇਖੀ ਆ ਜਾ ਜਿਹੜੇ ਕਹਿੰਦੀ ਵੀ ਚਾਚੇ ਸਾਡੇ ਨੂੰ ਗੋਲਡੀ ਨੂੰ ਕਿ ਤੈਨੂੰ ਬਈ ਦਾ ਕਹਿਦਾ ਉਹ ਆਪਣੇ ਕੰਮ ਦਾ ਮਤਲਬ ਰੱਖੀ ਦਿੰਦਾ ਵਾ ਟੈਨਸ਼ਨ ਨਹੀਂ ਬਈ ਲਈ ਦਿੰਦੀ ਐਵੇਂ ਨਹੀਂ ਕਹਿੰਦਾ ਤੈਨੂੰ ਐਦਾਂ ਕਹਿਦਾ ਜਾਂ ਤੈਨੂੰ ਉਦਾਂ ਕਹਿਤਾ ਵਾ ਕੀ ਕਹਿੰਦਾ ਬਈ ਇਹ ਮਜ਼ਾਕ ਚਲੋ ਸਾਡਾ ਚੱਲਦਾ ਰਹਿੰਦਾ ਵਾ ਤੇ ਉਹਨੂੰ ਕਿਹਾ ਵੀ ਦੋਵਾਂ ਦੰਨਾਂ ਨੇ ਜਿਹੜਾ ਥੋੜਾ ਸੀਰੀਅਸ ਲੈ ਗਿਆ ਕਿ ਮੈਨੂੰ ਐਦਾਂ ਲੋਕੀ ਕਹਿੰਦੇ ਹਰ ਗਲਤੀ ਜਦਾ ਕਹਿਤਾ ਵਾ ਪਰ ਫਿਰ ਵੀ ਇੱਕ ਵਹੀਂ ਚਲੋ ਇੱਕ ਕਰਾਂ ਦੋ ਫੇਰ ਕਰਾਂ ਬੰਦਾ ਭੱਜ ਆਉਂਦਾ ਵਾ ਤੇ ਕਦੀ ਉਹਨੇ ਪੈਸਾਂ ਦੀ ਟੈਨਸ਼ਨ ਲਈ ਕਿ ਚਲੋ ਦੇ ਤੇ ਆਂਦੇ ਕਿ ਮोटे ਗਾੜ ਇਦਾਂ ਤਾਂ ਹੰਡਾ ਰਿਸ਼ਤਾ ਵਾ ਕਿ ਉਹ ਨਿੱਕੇ ਮोटे ਕਹਿੰਦੇ ਪੈਸੇ ਨਹੀਂ ਲੈਂਦਾ ਬਹੁਤ ਬਦੀ ਪੁੱਛੀ ਲਾ ਨੂੰ ਫੇਰ ਵੀ ਨਹੀਂ ਲੈਂਦਾ ਚਲੋ ਇਦਾਂ ਅੱਜ ਤਾਂ ਲਾ ਗਿਆ ਵਾ ਅੱਜ ਫੋਨ ਕੀਤਾ ਲਾ ਕੇ ਚੱਲ ਗਿਆ ਪੈਸਾ ਵੀ ਨਹੀਂ ਮੰਗਿਆ ਕੋਈ ਤੇ ਤੁਹਾਡੀ ਵੀਰ ਭਰਾ ਨਾ ਆਪਣੇ ਸਾਰੇ ਜਣੇ ਜੋ ਵੀ ਮੇਰਾ ਕੋਈ ਭੈਣੇ ਆ ਭਰਾ ਵਾ ਤੇ ਆਪਣਾ ਚਲੋ ਚਲੋ ਸਾਰੇ ਕੰਮ ਕਰਦੇ ਆ ਤੇ ਕੰਮ ਦੀ ਟੈਨਸ਼ਨ ਲਈ ਦਿੰਦੀ ਆ ਲੋਕਾਂ ਲਈ ਵੀ ਦੇ ਦੂਜਿਆਂ ਲਈ ਵੀ ਦਿੰਦਾ ਉਹ ਕਫਲਾ ਨਾ ਕੀ ਕਰਦਾ ਵਾ ਜਾਂ ਕੀ ਗੱਲ ਕਰਦਾ ਵਾ ਤੇ ਇਸ ਲਈ ਕੰਮ ਚ ਮਸਰੀ ਦਾ ਦਾ ਹੁਣ ਵੇ ਮੈਂ ਵੇਲਾ ਰਹਿ ਕੇ ਵੀ ਆਪਾਂ ਟੈਨਸ਼ਨ ਨਹੀਂ ਕੱਤੀ ਲਈਦੀ ਇਥੋਂ ਤੱਕ ਮੈਨੂੰ ਨਹੀਂ ਪਤਾ ਮੇਰੇ ਸਾਡੇ ਗਵਾਂਢ ਚ ਕੀ ਹੁੰਦਾ ਕੌਣ ਕੀ ਕਰਦਾ ਵਾ ਜੋ ਕੌਣ ਕਿੰਨੂੰ ਕੀ ਕਹਿੰਦਾ ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਆ ਜਾਂਦਾ ਇਸ ਲਈ ਚਲੋ ਗਾਂ ਵਧਣ ਡਿਆ ਸਾਰੇ ਗਾਂ ਵਧੋ ਪਰ ਲੋਕਾਂ ਦਾ ਧਿਆਨ ਦਿਓ ਵੀਰ ਮੇਰੇ ਨਾ ਮੈਂ ਇਧਰ ਉਧਰ ਹੀ ਗੱਲ ਕੀ ਦੀਆਂ ਚੰਗੇ ਲੱਗਿਦਾ ਉਹ ਦਾਤਾ ਹੁੰਦਾ ਮੈਨੂੰ ਕਿ ਮੈਨੂੰ ਫਲਾਣ ਨੇ ਵੀ ਗਿਆ ਢੀਨੇ ਨੇ ਗਿਆ ਮੈਂ ਚਲ ਹੁਣ ਮੈਂ ਕੀ ਹਣਾ ਅਗਲੇ ਨੂੰ ਫੋਨ ਕਰਕੇ ਆਖੀ ਨਾ ਬਈ ਤੂੰ ਏਦਾਂ ਨੀ ਤੁਹਾਨੂੰ ਏਦਾਂ ਹੀ ਚੰਗਾ ਵੀ ਲੱਗਦਾ ਹੁਣ ਮੈਂ ਕਿਹਾ ਮੈਂ ਕਿਸੇ ਨੂੰ ਹੁਣ ਕਵਾਂ ਕੂੰ ਕਰਕੇ ਤੇ ਜਿਹਨੇ ਜਿਹਨੇ ਕਿਹਾ ਉਹਨੂੰ ਸਮਝ ਲੱਗ ਹੀ ਜਾਣੀ ਆ ਵੀਡੀਓ ਵੇਖ ਕੇ ਵੀ ਕਿ ਅਸਲੀ ਵੀਰ ਮੇਰੇ ਆਪਣੇ ਕੰਮ ਦਾ ਮਤਲਬ ਰੱਖੀ ਜਾਂਦਾ ਵਾ ਬਾਕੀ ਟੈਨਸ਼ਨ ਲਈ ਦੀਆਂ ਤੇਰੀਆਂ ਚੰਗਾ ਜੀ ਫਿਰ okay